ਚਾਹੋਗੇ ਕੀ ਪਰੇਸ਼ਾਨੀ ਆ ਰਹੀ ਹੈ ਜਾਂ ਕੀ ਕਿੱਦਾਂ ਸਾਰੀ ਕਿਸਾਨਾਂ ਨਾਲ ਚੱਲਦਾ ਪਿਆ ਆ? ਦੇਖੋ ਪੰਜਾਬ ਦੇ ਅੰਦਰ ਦੋ ਸੀਜ਼ਨ ਜਿਹੜੇ ਆ ਪੰਜਾਬ ਦੀ ਇਕਨੋਮੀ ਦੇ ਅੰਦਰ ਬਹੁਤ ਵੱਡੀ ਭੂਮਿਕਾ ਅਦਾ ਕਰਦੇ ਆ, ਪੈਡੀ ਔਰ ਵੀਟ ਦਾ। ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੈਡੀ ਸੀਜ਼ਨ ਨੂੰ ਲੈ ਕੇ ਲਗਾਤਾਰ ਹਰ ਰੋਜ਼ ਹਰ ਪੱਖ ਤੋਂ ਜਿਹੜੀ ਉਹ ਫੀਡਬੈਕ ਲਈ ਦੀ ਹੈ ਔਰ ਹਰ ਰੋਜ਼ ਸੀ ਐੱਮ ਸਾਹਿਬ ਅਧਿਕਾਰੀ ਸਾਹਿਬਾਨਾਂ ਦੇ ਨਾਲ ਏਜੰਸੀਆਂ ਦੇ ਆਫੀਸਰਸ ਦੇ ਨਾਲ ਲਗਾਤਾਰ ਮੀਟਿੰਗਾਂ ਕਰ ਰਿਹਾ, ਮੈਂ ਵੀ ਉਹ 'ਚ ਸ਼ਾਮਿਲ ਹੁੰਦਾ। ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਪੈਡੀ ਦਾ ਸੀਜ਼ਨ ਆ ਉਹ ਪੀਕ 'ਤੇ ਜਾ ਰਿਹਾ। ਸੋ ਅੱਜ ਮੈਂ ਗੁਰਦਾਸਪੁਰ ਮੰਡੀ 'ਚ ਆਇਆ ਔਰ ਇਹ ਮੰਡੀ ਬਹੁਤ ਮਹੱਤਵਪੂਰਨ ਮੰਡੀ ਹੈ ਗੁਰਦਾਸਪੁਰ ਜ਼ਿਲ੍ਹੇ ਦੀ, ਜਿੱਥੇ 32 ਲੱਖ ਐੱਮ ਟੀ ਜਿਹੜਾ ਆ ਉਹ ਅਰਾਈਵਲ ਪਿਛਲੇ ਸਾਲ ਆਈ ਸੀਗੀ ਪਰ ਅਜੇ ਥੋੜ੍ਹੀ ਆਈ ਹੈ, ਇੱਥੇ 5500 ਐੱਮ ਟੀ ਆਈ ਹੈ। ਲੇਕਿਨ ਲਗਾਤਾਰ ਸੀਜ਼ਨ ਪੀਕ 'ਤੇ ਜਾ ਰਿਹਾ। ਸੋ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 29 ਲੱਖ ਐੱਮ ਟੀ ਝੋਨਾ ਪੁੱਜਿਆ ਅਤੇ ਲਗਭਗ 26 ਲੱਖ ਐੱਮ ਟੀ ਉਹਦੇ 'ਚੋਂ ਖਰੀਦਿਆ ਜਾ ਚੁੱਕਿਆ ਔਰ ਕਿਸਾਨਾਂ ਦੇ ਖਾਤੇ ਦੇ ਵਿੱਚ 4000 ਕਰੋੜ ਤੋਂ ਉੱਪਰ ਦਾ ਜਿਹੜਾ ਪੇਮੈਂਟ ਉਹਨਾਂ ਦੀ ਬਣਦੀ ਹੈ, ਜਿਹੜੀ ਫਸਲ ਉਹਨਾਂ ਨੇ ਮੰਡੀ 'ਚ ਵੇਚੀ ਉਹ ਅਦਾਇਗੀ ਕੀਤੀ ਜਾ ਚੁੱਕੀ ਹੈ ਔਰ 6 ਲੱਖ ਐੱਮ ਟੀ ਜਿਹੜੀ ਲਿਫਟਿੰਗ ਪੰਜਾਬ ਦੀ ਮੰਡੀਆਂ 'ਚੋਂ ਵੱਖ ਵੱਖ ਥਾਵਾਂ ਤੋਂ ਜਿਹੜੀ ਹੋਈ ਹੈ। ਸੋ ਭਵਿੱਖ ਦੇ ਅੰਦਰ ਇਸ ਸੀਜ਼ਨ ਨੂੰ ਫਰੂਟਫੁੱਲ ਬਣਾਉਣ ਦੇ ਲਈ ਲਗਾਤਾਰ ਜਿੱਥੇ ਵੀ ਕੋਈ ਲੋੜ ਪ੍ਰੋਕਿਓਰਮੈਂਟ ਦੇ ਰਿਕਾਰਡਿੰਗ ਪੈਂਦੀ ਹੈ ਉਹਦੇ ਉੱਤੇ ਮਤਲਬ ਨਿਗ੍ਹਾ ਰੱਖੀ ਜਾ ਰਹੀ ਹੈ ਔਰ ਅਸੀਂ ਸਭ ਨੂੰ ਬੇਨਤੀ ਕਰਦੇ ਹਾਂ, ਚਾਹੇ ਪੰਜਾਬ ਦੇ ਕਿਸਾਨ ਨੇ, ਪੰਜਾਬ ਦੇ ਮਿੱਲਰ ਨੇ, ਪੰਜਾਬ ਦੇ ਆੜ੍ਹਤੀ ਨੇ ਜਾਂ ਪੰਜਾਬ ਦੇ ਮਜ਼ਦੂਰ ਆ, ਇਹ ਸਾਰਿਆਂ ਦੇ ਇੱਕ ਸਾਂਝੀ ਡਿਊਟੀ ਬਣਦੀ ਹੈ ਵੀ ਇਸ ਸੀਜ਼ਨ ਨੂੰ ਆਪਾਂ ਵਧੀਆ ਸੀਜ਼ਨ ਬਣਾਈਏ, ਕਿਉਂਕਿ ਕੁਦਰਤ ਨੇ ਸਾਨੂੰ ਸਾਡੇ ਵਿਹੜਿਆਂ 'ਚ ਸਾਡੇ ਘਰਾਂ 'ਚ ਅਨਾਜ ਭੇਜਿਆ ਅਤੇ ਬਹੁਤ ਹੀ ਔਖੀਆਂ ਹਾਲਤਾਂ ਦੇ ਵਿੱਚ ਪੰਜਾਬ ਦਾ ਕਿਸਾਨ ਇਹਨੂੰ ਪਾਲਦਾ ਔਰ ਉਹਦੀ ਪਾਲੀ ਹੋਈ ਫਸਲ ਦਾ ਮੰਡੀ ਦੇ ਅੰਦਰ ਨਿਰਾਦਰ ਨਾ ਹੋਵੇ, ਇਹਦੇ ਲਈ ਲਗਾਤਾਰ ਜਿਹੜੇ ਉਹ ਪ੍ਰਬੰਧ ਅਸੀਂ ਕੀਤੇ ਆ। ਸੋ ਇਕੱਲਾ ਇਕੱਲਾ ਦਾਣਾ ਪੰਜਾਬ ਦੀ ਮੰਡੀ 'ਚ ਚੱਕਣਾ, ਬੇਸ਼ੱਕ ਸਾਡੇ ਨਾਲ ਕਈ ਪੱਖਾਂ ਤੋਂ ਜਿਹੜੀਆਂ ਉਹ ਚੁਣੌਤੀਆਂ ਹੈਗੀਆਂ ਨੇ, ਲੇਕਿਨ ਉਹਨਾਂ ਨੂੰ ਵੀ ਲਗਾਤਾਰ ਉਹਦੇ ਉੱਤੇ ਮਤਲਬ ਜਿਹੜੀ ਆ ਉਹ ਉਹਨੂੰ ਸ਼ਾਰਟ ਆਊਟ ਕੀਤਾ ਜਾ ਰਿਹਾ ਔਰ ਡੇ ਬਾਈ ਡੇ ਇਹ ਜਿਹੜਾ ਸੀਜ਼ਨ ਹੈ ਪੰਜਾਬ ਦੇ ਅੰਦਰ ਇਹ ਚਰਮ ਸੀਮਾ ਵਾਲੇ ਪਾਸੇ ਤਾਂ ਜਾ ਰਿਹਾ, ਪਰ ਅਸੀਂ 24 ਘੰਟਿਆਂ ਦੇ ਵਿੱਚ ਕਿਸਾਨ ਨੂੰ ਉਹਦੀ ਜਿਹੜੀ ਖਰੀਦੀ ਹੋਈ ਫਸਲ ਹੈ ਉਹ ਉਹਦੀ ਪੇਮੈਂਟ ਉਹਦੇ ਖਾਤਿਆਂ 'ਚ ਪਾ ਕੇ ਜਿਹੜਾ ਉਹਨੂੰ ਤੋਰਿਆ ਜਾ ਰਿਹਾ ਮੰਡੀ ਦੇ ਅੰਦਰੋਂ। ਸੋ ਅੱਜ ਮੈਂ ਗੁਰਦਾਸਪੁਰ 'ਚ ਆਇਆ, ਤੁਸੀਂ ਦੇਖਿਆ ਲਿਫਟਿੰਗ ਦੇ ਵੀ ਲਗਾਤਾਰ ਮਤਲਬ ਜਿਹੜੇ ਉਹ ਟਰੱਕ ਟਰਾਲੀਆਂ ਇੱਥੋਂ ਜਾ ਰਹੀਆਂ ਨੇ ਔਰ ਮੈਨੂੰ ਲੱਗਦਾ ਵੀ 1-2 ਦਿਨ ਦੇ ਅੰਦਰ ਹੋਰ ਲਿਫਟਿੰਗ ਦਾ ਮਤਲਬ ਹੱਲਾ ਵੱਜੇਗਾ ਅਤੇ ਜਿਹੜਾ ਸੀਜ਼ਨ ਹੈ ਸਾਡਾ ਬਿਲਕੁਲ ਲੀਹ ਦੇ ਉੱਤੇ ਆ ਜਾਏਗਾ। ਸਰ ਕਿਸਾਨਾਂ